ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਸਾਰੇ? ਠੀਕ ਹੋ? ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੇ ਡਿਜ਼ਾਈਨ, ਬਹੁਤ ਹੀ ਸੂਟ ਲੈ ਕੇ ਆਏ ਹਾਂ, ਰੈਡੀ ਕੀਤੇ ਸੀਗੇ, ਅਤੇ ਤੁਸੀਂ ਸਾਰੇ ਡਿਜ਼ਾਈਨ ਦੇਖਿਓ ਅਤੇ ਦੱਸਿਓ ਕਿਵੇਂ ਲੱਗੇ, ਅਤੇ ਆਰਡਰ ਵੀ ਕਰਿਓ। ਠੀਕ ਹੈ ਜੀ। ਇਹ ਮਸਟਰਡ ਕਲਰ ਦਾ ਕਰੇਪ ਦੇ ਉੱਪਰ ਡਿਜ਼ਾਈਨ ਕੀਤਾ ਹੈਗਾ, ਬਰਡਸ ਵਾਲਾ ਘੇਰੇ ਦੇ ਉੱਪਰ, ਅਤੇ ਇਹ ਬਿਲਕੁਲ ਸੇਮ ਦੋ ਸੂਟ ਆਪਾਂ ਰੈਡੀ ਕੀਤੇ ਆ। ਇਹ ਬਰਡਸ ਬਾਜੂ 'ਤੇ ਬਣਾਈ ਇੱਕ, ਠੀਕ ਹੈ ਜੀ, ਅਤੇ ਇੱਕ ਸੈਕਿੰਡ ਸੂਟ ਇਹ ਵਾਲਾ। ਇਹਦੇ ਵੀ ਸੇਮ ਡਿਜ਼ਾਈਨ, ਸੇਮ ਕਲਰ, ਸੇਮ ਸਟੱਫ ਲੈ ਕੇ ਰੈਡੀ ਕੀਤਾ। ਠੀਕ ਹੈ ਜੀ, ਇਹ ਦੋ ਸੂਟ ਰੈਡੀ ਹੋਏ ਹੈ। ਇਹਦੇ ਨਾਲ ਇਹ ਬਾਜੂ ਆਪਾਂ ਕੀਤੀ ਹੈ, ਠੀਕ ਹੈ। ਇਹਦੇ ਨਾਲ ਇਹ ਵਾਲਾ ਔਰ ਜੋਰਜਟ ਦਾ ਸਟੱਫ ਦੁਪੱਟਾ, ਸੋਰੀ, ਠੀਕ ਹੈ ਜੀ। ਗ੍ਰੀਨ ਕਲਰ ਦੀ ਲੀਵਸ ਹੈ ਤਾਂ ਕਰਕੇ ਇਹ 'ਚ ਆਪਾਂ ਕੰਟਰਾਸਟ ਕੀਤਾ ਇਹਦੇ ਨਾਲ ਦੁਪੱਟਾ। ਇਹ ਕਰੇਪ ਦਾ ਸੂਟ ਹੈ ਮਸਟਰਡ ਕਲਰ 'ਚ। ਹਾਂਜੀ, ਇੱਕ ਸੂਟ ਆਪਾਂ, ਇਹ ਰੋਇਲ ਬਲੂ ਕਲਰ ਦਾ ਸੂਟ ਹੈ, ਬਹੁਤ ਹੀ ਪਿਆਰਾ ਕਲਰ ਹੈ ਜੋਰਜਟ ਦੇ ਵਿੱਚ। ਇਹ ਬਰਡਸ ਵਾਲਾ ਡਿਜ਼ਾਇਨ ਇਹਦੇ 'ਤੇ ਵੀ ਆਪਾਂ ਕੀਤਾ। ਹਾਂਜੀ, ਇਹ ਘੇਰੇ ਦੇ ਉੱਪਰ ਹੈ, ਠੀਕ ਹੈ। ਇਹਦੇ ਨਾਲ ਦੁਪੱਟਾ, ਇਹ ਦੁਪੱਟੇ ਦੇ ਵਿੱਚ ਹਲਕਾ ਹੀ ਕੀਤਾ, ਜ਼ਿਆਦਾ ਹੈਵੀ ਨਹੀਂ ਕੀਤਾ ਹੈਗਾ, ਛੋਟੀ ਛੋਟੀ ਬੂਟੀ ਹੈ ਸਾਰੇ ਦੁਪੱਟੇ ਦੇ ਵਿੱਚ ਆਪਾਂ ਇਸ ਤਰ੍ਹਾਂ ਬਣਾਈ ਹੈ। ਦੇਖੋ ਇਸ ਤਰ੍ਹਾਂ ਖੋਲ ਕੇ, ਇਸ ਤਰ੍ਹਾਂ ਸਾਰੇ ਦੁਪੱਟੇ 'ਚ ਨਿੱਕੀ ਨਿੱਕੀ ਬੂਟੀ ਹੈ, ਠੀਕ ਹੈ ਜੀ। ਇਹਦੇ ਨਾਲ ਆਪਾਂ ਜੁੱਤੀ ਵੀ ਰੈਡੀ ਕੀਤੀ ਹੈ। ਆਹ ਦੇਖੋ ਇਸ ਤਰ੍ਹਾਂ ਇਹ ਜੁੱਤੀ ਆਪਾਂ ਰੈਡੀ ਹੋਈ ਹੈ, ਰੈਡੀ ਕੀਤੀ ਹੈ। ਹਾਂਜੀ, ਇੱਕ ਸੂਟ ਆਪਾਂ ਆਫ ਵਾਈਟ ਕਲਰ 'ਚ, ਇਹ ਫਰੋਕ ਸੂਟ ਰੈਡੀ ਹੋਇਆ ਹੈ, ਸਟਿੱਚ ਤਾਂ ਉਹ ਆਪ ਹੀ ਕਰਨਗੇ, ਅਤੇ ਇਹ ਆਪਾਂ ਓਨਲੀ ਪੇਂਟ ਪੇਂਟ ਕੀਤਾ ਹੈ। ਜੋ ਪਿਓਰ ਜੋਰਜਟ ਦਾ ਇਹ ਸੂਟ ਹੈ, ਇਸ ਤਰ੍ਹਾਂ ਇਹ ਘੇਰਾਊਗਾ, ਰੇਪ ਫਰਾਕ ਬਣਾਈਏ, ਠੀਕ ਹੈ ਜੀ। ਇਸ ਤਰ੍ਹਾਂ ਇਹ ਰੇਪ ਹੈਗਾ, ਅਤੇ ਇੱਧਰਲੀ ਸਾਈਡ ਫਰੰਟ ਬੈਕ ਦੋਨੋਂ ਸਾਈਡ ਹੀ ਆਪਾਂ ਇਹ ਪੇਂਟ ਕੀਤਾ, ਇੱਧਰਲੀ ਸਾਈਡ ਵੀ। ਦੇਖੋ ਇਹਦੇ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈ, ਅਤੇ ਪੂਰੇ ਦੁਪੱਟੇ ਦੇ ਵਿੱਚ ਜਾਲ ਪਾਇਆ ਹੋਇਆ, ਠੀਕ ਹੈ ਜੀ। ਹਾਂ ਦੇਖੋ ਇਸ ਤਰ੍ਹਾਂ ਬਹੁਤ ਹੀ ਪਿਆਰਾ ਸੂਟ ਹੈ, ਰੈਡੀ ਹੋਊਗਾ ਜਦੋਂ ਸਟਿੱਚ ਹੋ ਗਿਆ, ਅਤੇ ਉਦੋਂ ਜ਼ਿਆਦਾ ਸਟਿਚਿੰਗ ਤੋਂ ਬਾਅਦ ਸਟੱਫ ਦਾ ਫਿਰ ਪਤਾ ਲੱਗਦਾ ਹੈ ਨਾ, ਵਰਕ ਪੇਂਟ ਕੀਤੇ ਦਾ ਸਟਿੱਚ ਹੋ ਜਾਵੇ ਉਸ ਤੋਂ ਬਾਅਦ ਜ਼ਿਆਦਾ ਗ੍ਰੇਸ ਆਉਂਦੀ ਹੈ। ਹਾਂਜੀ, ਇੱਕ ਸੂਟ ਆਪਾਂ ਇਹ ਕੋਟਨ ਮਸਲੀਨ ਦੇ ਉੱਪਰ ਕੀਤਾ ਹੈ, ਬਹੁਤ ਹੀ ਪਿਆਰਾ ਕਲਰ ਸੂਟ ਦਾ ਵੀ, ਅਤੇ ਇਹਦੇ ਉੱਪਰ ਜਿਹੜਾ ਆਪਾਂ ਪੇਂਟ ਕੀਤਾ ਹੈ। ਇਹ ਸੈਕਿੰਡ ਸੂਟ ਆਪਣਾ ਰੈਡੀ ਹੋਇਆ, ਇੱਕ ਪਹਿਲਾਂ ਆਪਾਂ ਕੈਂਬਰਿਕ ਦੇ ਉੱਪਰ ਇਹ ਡਿਜ਼ਾਇਨ ਕੀਤਾ ਸੀ, ਅਤੇ ਸੈਕਿੰਡ ਇਹ ਵਾਲਾ, ਅਤੇ ਇਹ ਟੈਬੀ ਦਾ ਦੁਪੱਟਾ ਹੈ। ਇਹ ਦੁਪੱਟੇ 'ਚ ਆਪਾਂ ਥੋੜ੍ਹਾ ਜਿਹਾ ਚੇਂਜ ਕੀਤਾ ਹੈ, ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਇਹ ਪੰਖ ਬਣਾਏ ਹੈਗੇ, ਠੀਕ ਹੈ। ਬਹੁਤ ਹੀ ਪਿਆਰਾ ਸੂਟ ਇਹ ਰੈਡੀ ਹੋਇਆ, ਇੱਕ ਆਪਾਂ ਫਲਾਵਰ ਬਣਾਏ ਇਸ ਤਰ੍ਹਾਂ, ਠੀਕ ਹੈ, ਇੱਕ ਸਾਈਡ 'ਤੇ। ਹਾਂਜੀ, ਇੱਕ ਸੂਟ ਆਪਾਂ, ਇਹ ਕੋਟਨ ਦਾ ਸੂਟ ਹੈ, ਬਹੁਤ ਵਧੀਆ ਸਟੱਫ ਹੈ ਇਹ, ਇਸ ਤਰ੍ਹਾਂ ਵੀ ਜਾਮ ਵਗੈਰਾ ਜਾਂ ਕੈਂਬਰਿਕ ਵਰਗਾ ਸੂਟ ਨਹੀਂ, ਇੱਕ ਹੈ ਕੋਟਨ ਦੇ ਵਿੱਚ, ਅਤੇ ਬਹੁਤ ਹੀ ਪਿਆਰਾ, ਮਤਲਬ ਗਰਮੀ ਦੇ ਵਿੱਚ ਇਸ ਤਰ੍ਹਾਂ ਲੱਗੂ ਵੀ ਕੋਟਨ ਦਾ, ਠੀਕ ਹੈ। ਅਤੇ ਇਹ ਆਪਾਂ ਮੋਰ ਬਣਾਇਆ ਸੀਗਾ ਘੇਰੇ ਦੇ ਉੱਪਰ, ਇਹਦੇ ਨਾਲ ਪਿਓਰ ਦਾ ਦੁਪੱਟਾ ਰੈਡੀ ਕੀਤਾ, ਪੂਰੇ ਦੁਪੱਟੇ ਦੇ ਵਿੱਚ ਆਪਾਂ ਇਸ ਤਰ੍ਹਾਂ ਮੋਰ ਪੰਖ ਬਣਾਏ, ਠੀਕ ਹੈ। ਇਹ ਵੀ ਬਹੁਤ ਸੋਹਣਾ ਡਿਜ਼ਾਇਨ ਤਿਆਰ ਹੋਇਆ, ਦੇਖੋ ਪਿਸਤਾ ਕਲਰ ਹੈ, ਲਾਈਟ ਪਿਸਤਾ, ਅਤੇ ਇਹਦੇ 'ਤੇ ਕਲਰ ਵੀ ਬਹੁਤ ਹੀ ਜ਼ਿਆਦਾ ਮਤਲਬ ਸੋਹਣਾ ਲੱਗੀ ਜਾਂਦਾ, ਠੀਕ ਹੈ ਇਸ ਤਰ੍ਹਾਂ। ਹਾਂਜੀ, ਇਹ ਸ਼ਾਇਦ ਵੀਡੀਓ ਦੇ ਵਿੱਚ ਲਾਈਟ ਕਲਰ ਆ ਰਿਹਾ, ਅਤੇ ਥੋੜ੍ਹਾ ਜਿਹਾ ਡਾਰਕ ਹੈ, ਬਹੁਤ ਜ਼ਿਆਦਾ ਡਾਰਕ ਨਹੀਂ ਹੈ, ਥੋੜ੍ਹਾ ਜਿਹਾ ਡਾਰਕ ਹੈ, ਪਿਸਤਾ ਕਲਰ ਜਿਵੇਂ ਹੁੰਦਾ ਇਸ ਤਰ੍ਹਾਂ, ਠੀਕ ਹੈ। ਇਹ ਹੁਣ ਵੀਡੀਓ ਦੇ ਵਿੱਚ ਉਹ ਕਲਰ ਨਹੀਂ ਸੇਮ ਆ ਰਿਹਾ, ਇਹ ਸ਼ਰਟ ਦੇ ਮਤਲਬ ਫਰੰਟ ਸਾਈਡ ਘੇਰੇ 'ਤੇ ਬਣਿਆ ਹੋਇਆ। ਸੂਟ ਆਪਾਂ ਕੈਂਬਰਿਕ ਦਾ ਰੈਡੀ ਕੀਤਾ, ਇਹਦੇ ਨਾਲ ਵੀ ਪਿਓਰ ਦਾ ਦੁਪੱਟਾ ਹੈ, ਇਹ ਘੇਰੇ ਦੇ ਉੱਪਰ ਇਸ ਤਰ੍ਹਾਂ ਆਪਾਂ ਇਹ ਡਿਜ਼ਾਇਨ ਬਣਾਇਆ ਹੈਗਾ, ਠੀਕ ਹੈ ਜੀ। ਇਹ ਕੈਂਬਰਿਕ ਦਾ ਗਾਜਰੀ ਜਿਹਾ ਕਲਰ ਹੈਗਾ ਸੂਟ ਦਾ, ਅਤੇ ਇਹਦੇ ਨਾਲ ਪਿਓਰ ਦਾ ਦੁਪੱਟਾ ਆਪਾਂ ਸਾਰੇ ਦੁਪੱਟੇ ਦੇ ਵਿੱਚ ਇਹ ਫਲਾਵਰ ਬਣਾਏ ਹੈਗੇ।
इस तरह सारे दुपट्टे के फ्लावर है। ठीक है जी, ये बहुत सिंपल सोबर गर्मी के जिमें आप आम भी इस तरह डिजाइनर जहाँ सूट रेडी पा लेने होंगे जिमें रेडी करके। ठीक है, ज़्यादा भड़केले जे कलर भी नहीं है, गर्मी के जिमें आप चाहिए होंगे स्टफ सेम उस तरह ही है। हाँ जी, एक सूट जोर चढ़ता ये सेम डिजाइन रेडी होया है, लाइट्स ये है स्काई कलर के उपर। ठीक है जी, जॉर्ज जेट का सॉफ्ट जॉर्ज जेट का स्टफ है, सेम डिजाइन जो आप रॉयल ब्लू के उपर किया सेम डिजाइन उन्होंने करवाया है। ठीक है, ये बिना दुपट्टे तो है, ओनली शर्ट शर्ट करवाई है। एक सूट ये बहुत सोहना स्टफ है, ये भी मसलीन के उपर है, ये आप बंचस बनाए हैं शर्ट के घेरे के उपर। ठीक है, ये नीचे घेरा है फ्रंट साइड, तो ये मसलीन का लाइनिंग वाला दुपट्टा है। देखो, तो दोनों साइड दोनों पल्लों के उपर ये बंचस बनाए आप फ्लावर के। ठीक है, दोनों पल्लों की ये देखो तुसी कोई भी सूट इन्हों चो रेडी करवाना है तो सानू स्क्रीनशॉट भेज के तो रेडी करवा सकते हो। आपका चॉइस का स्टफ कलर वगैरह जो भी है डिजाइन ऑर्डर दे सकते हो। ठीक है जी, तो साडा व्हाट्सएप नंबर 9772009363 है, इस पर तुसी मैसेज करके स्क्रीनशॉट भेज के ऑर्डर कर सकते हो। ये स्काई कलर का सूट है मसलीन दे विच, बहुत वधिया वाला स्टफ है, वाला भी स्टफ अपने को अवेलेबल हो जाता है। एक सूट सेम स्टफ के उपर सेम दुपट्टा ये वाला डिजाइन आप रेडी किया है, घेरे के उपर दो फ्लावर है। ठीक है, इस तरह उपर डिजाइन बनया हुआ है, घेरे के उपर बने दुपट्टे के दोनों साइड पल्लों के आमन सामने जिमें होंगे कॉर्नर उन्होंने उपर ये डिजाइन आप दुपट्टे पाए है। ठीक है, इधरली साइड भी है, हाँ देखो दोनों पल्लों के आमो सामने बने हुए पूरा इस तरह। ठीक है जी, थोनों कोई भी इन्हों चो सूट पसंद आता है तो तुम प्लीज सानू ऑर्डर कर सकते हो। वीडियो में ज़्यादा तो ज़्यादा शेयर करो, लाइक करो, चैनल में सबसक्राइब जरूर कर लियो, तो दस्यो कि सूट थोड़ा सब तो ज़्यादा सोहना लग्या। ओके जी, सत श्री अकाल सारे।